ਪੰਜਾਬ ਦੇ ਵਿੱਚ ਨਿਤ ਦਿਨ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਨੂੰ ਹੁਣ ਕੁਝ ਲੋਕਾਂ ਨੇ ਜੰਗ ਦਾ ਮੈਦਾਨ ਹੀ ਬਣਾ ਛੱਡਿਆ ਗੱਲ ਬਟਾਲਾ ਦੀ ਕਰਾਂਗੇ ਜਿੱਥੇ ਇੱਕ ਕਾਰ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਗਈ ਜੀ ਆ ਇੱਕ ਐਨ ਆਰ ਆਈ ਦਾ ਘਰ ਸੀ ਜਿਸ ਤੇ ਕਈ ਰਾਉਂਡ ਫਾਇਰ ਕੀਤੇ ਗਏ ਅੰਨੇਵਾ ਗੋਲੀਆਂ ਦੀ 부ਛਾੜ ਕਰ ਦਿੱਤੀ ਗਈ ਕਿਸ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਇਸ ਘਰ ਤੇ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਵਿਦੇਸ਼ ਵਿੱਚ ਬੈਠੇ ਐਨ ਆਰ ਆਈ ਨੌਜਵਾਨ ਨੂੰ ਪਹਿਲਾਂ ਫੋਨ ਆਉਂਦਾ ਹੈ ਫੋਨ ਤੇ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪੰਜਾਬ ਵਿੱਚ ਸਥਿਤ ਉਸ ਦੇ ਘਰ ਤੇ ਫਿਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ 16 ਰਾਉਂਡ ਫਾਇਰ ਕੀਤੇ ਜਾਂਦੇ ਨੇ ਇਸ ਘਰ ਤੇ ਤੇ ਗੋਲੀਆਂ ਦੇ ਨਿਸ਼ਾਨ ਵੀ ਤੁਸੀਂ ਘਰ ਤੇ ਦੇਖ ਸਕਦੇ ਹੋ ਤੇ ਤੁਹਾਨੂੰ ਦੱਸਦੀ ਹੈ ਕਿ ਜ਼ਿਲ੍ਹਾ ਪਟਾਲਾ ਬਟਾਲਾ ਦੇ ਪਿੰਡੇ ਕਣੀਆਂ ਦੇ ਬਾਗਰ ਬਾਹਰਵਾਲ ਖੇਤਾਂ ਦੇ ਵਿੱਚ ਐਨ ਆਰ ਆਈ ਪਰਿਵਾਰ ਦੀ ਇੱਕ ਕੋਠੀ ਸੀ ਜਿੱਥੇ ਬੀਤੀ ਰਾਤ ਨੂੰ ਅਣਪਛਾਤੇਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ 16 ਰਾਉਂਡ ਫਾਇਰ ਕੱਡੇ ਗਏ ਤੇ ਕਿਸ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਇਸ ਘਰ ਤੇ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਦੱਸਦੀ ਹੈ ਕਿ ਵਦੇਸ਼ ਬੈਠੇ ਇਸ ਪਰਿਵਾਰ ਦੇ ਨੌਜਵਾਨ ਬੇਟੇ ਨੂੰ ਪਹਿਲਾ ਫੋਨ ਤੇ ਧਮਕੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪੰਜਾਬ ਵਿੱਚ ਉਸ ਨੌਜਵਾਨ ਦੇ ਘਰ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਘਰ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਬਜ਼ੁਰਗ ਮਾਤਾ ਪਿਤਾ ਅਤੇ ਉਹਨਾਂ ਦੀਆਂ ਦੋ ਨੋਹਾ ਸਨ ਜਦੋਂ ਗੋਲੀਬਾਰੀ ਹੋਈ ਤਾਂ ਇਹ ਪਰਿਵਾਰ ਜਿਹੜਾ ਕਾਫੀ ਜ਼ਿਆਦਾ ਸਹਿਮ ਗਿਆ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਉਹ ਬਾਹਰ ਆ ਕੇ ਦੇਖੇ ਕਿਉਂਕਿ ਕਾਫੀ ਜ਼ਿਆਦਾ ਪਰਿਵਾਰ ਸਹਿਮ ਗਿਆ ਸੀ ਉਸ ਤੋਂ ਬਾਅਦ ਜਦੋਂ ਗੋਰੀਆਂ ਦੀ ਆਵਾਜ਼ ਆਣੀ ਬੰਦ ਹੋ ਗਈ ਤਾਂ ਸਵੇਨ ਨੂੰ ਜਿਹੜਾ ਪਰਿਵਾਰਿਕ ਮੈਂਬਰਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ ਜਦੋਂ ਰਿਸ਼ਤੇਦਾਰ ਪਹੁੰਚੇ ਉਸ ਤੋਂ ਬਾਅਦ ਪਰਿਵਾਰ ਘਰੋਂ ਬਾਹਰ ਨਿਕਲਦਾ ਹੈ ਬਾਹਰ ਆ ਕੇ ਘਰ ਦੇ ਹਾਲਾਤ ਦੇਖਦਾ ਹੈ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਘਰ ਦੇ ਦਰਵਾਜ਼ੇ ਪਾਣ ਦਿੱਤੇ ਗਏ ਨੇ ਕਰਦੀਆਂ ਕੰਧਾਂ ਦੇ ਵਿੱਚ ਸੁਰਾਖ ਹੋ ਗਏ ਨੇ ਗੋਲੀਆਂ ਦੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿੰਨੀਆਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਤੇ ਪੁਲਿਸ ਵੀ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਕਿ ਆਖਰ ਕਿਨਾ ਵੱਲੋਂ ਇਸ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਤੇ ਉਸ ਦੇ ਵਿੱਚ ਹੀ ਖੁਲਾਸਾ ਹੋਇਆ ਹੈ ਕਿ ਇਸ ਘਰ ਦੇ ਵਿੱਚ 16 ਰਾਉਂਡ ਫਾਇਰ ਕੀਤੇ ਗਏ ਨੇ ਤਾਂ ਨੋ ਪੂਰੇ ਮਾਮਲੇ ਬਾਰੇ ਇੱਕ ਵਾਰ ਫਿਰ ਤੋਂ ਦੱਸ ਦੰਨੇ ਆ ਕਿ ਇਸ ਪਰਿਵਾਰ ਦੇ ਦੋ ਬੇਟੇ ਨੇ ਜੋ ਇਟਲੀ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਬੇਟੀਆਂ ਨੂੰ ਕਾਲ ਇੱਕ ਜਾਂਦੀ ਹੈ ਧਮਕੀ ਭਰੀ ਕਾਲ ਜਾਂਦੀ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਹੀ ਪੰਜਾਬ ਦੇ ਵਿੱਚ ਜੋ ਉਸ ਨੌਜਵਾਨ ਦਾ ਪਰਿਵਾਰ ਹੈ ਇਸ ਨੌਜਵਾਨ ਦੀ ਕੋਠੀ ਹੈ ਬਚਾਲਾ ਦੇ ਪਿੰਡ ਕਣੀਆਂ ਕੇ ਬਾਂਗਰ ਚ ਤੇ ਉਸ ਕੋਠੀ ਤੇ ਹਮਲਾ ਜਿਹੜਾ ਆ ਉਹ ਕਰ ਦਿੱਤਾ ਜਾਂਦਾ ਹੈ ਗੋਲੀਆਂ ਦੇ ਤੁਸੀਂ ਰਾਉਂਡ ਦੇਖੋ ਕਿ ਕਿੰਨੇ ਫਾਇਰ ਕੀਤੇ ਗਏ ਨੇ ਔਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਪਰਿਵਾਰਿਕ ਮੈਂਬਰ ਅੰਦਰ ਹੀ ਸਨ ਜਦੋਂ ਗੋਲੀਆਂ ਦੀ ਆਵਾਜ਼ ਆਈ ਤਾਂ ਡਰ ਦੇ ਮਾਰਾ ਪਰਿਵਾਰਿਕ ਮੈਂਬਰ ਕੋਈ ਵੀ ਬਾਹਰ ਨਹੀਂ ਆਇਆ ਇਸੇ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਜਿਸ ਤਰ੍ਹਾਂ ਫਾਇਰ ਕੱਡੇ ਗਏ ਨੇ ਕਹਿ ਸਕਦੇ ਆ ਕਿ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪੁਲਿਸ ਨੂੰ ਪਰਿਵਾਰ ਵੱਲੋਂ ਸੂਚਿਤ ਕਰ ਦਿੱਤਾ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇਆਂ ਦੀ ਵੀਡੀਓ ਖੰਗਾਲਣ ਦੇ ਵਿੱਚ ਪੁਲਿਸ ਜੁਟ ਗਈ ਹੈ ਤੇ ਪੁਲਿਸ ਅਧਿਕਾਰੀਆਂ ਨੇ ਦਿਲਾਸਾ ਦਿੱਤਾ ਪਰਿਵਾਰ ਨੂੰ ਕਿ ਜਲਦ ਹੀ ਸੀਸੀਟੀਵੀ ਦੀ ਫੁਟੇਜ ਖੰਗਾਲ ਕੇ ਅਗਰ ਕੋਈ ਸਬੂਤ ਹੱਥ ਲੱਗਦਾ ਹੈ ਤਾਂ ਉਹਨਾਂ ਮੁਲਜ਼ਮਾ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਯਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਪਰਿਵਾਰ ਤੇ ਫਾਇਰ ਕੀਤੇ ਗਏ ਨੇ ਘਰ ਤੇ ਫਾਇਰ ਕੀਤੇ ਗਏ ਨੇ ਪਰ ਵੱਡਾ ਬਚਾਅ ਹੋ ਗਿਆ ਕਿ ਪਰਿਵਾਰਿਕ ਮੈਂਬਰਾਂ ਆ ਕਿਸੇ ਦਾ ਵੀ ਨੁਕਸਾਨ ਨਹੀਂ ਹੋਇਆ ਕਾਰ ਦੇ ਵਿੱਚ ਤੁਸੀਂ ਗੋਲੀਆਂ ਦੇ ਨਿਸ਼ਾਨ ਦੇਖ ਸਕਦੇ ਹੋ ਤੇ ਪੁਲਿਸ ਵੱਲੋਂ ਗੋਲੀਆਂ ਦੇ ਖੋਲ ਵੀ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਤਸਵੀਰਾਂ ਲਗਾਤਾਰ ਉਸ ਕਾਰ ਦੀਆਂ ਤੁਹਾਨੂੰ ਦਿਖਾ ਰਹੀਆਂ ਕਿ ਐਨਆਰਆਈ ਦੇ ਕਾਰ ਤੇ ਕਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਹੈ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹ ਐਨੇ ਜ਼ਿਆਦਾ ਸਹਿਮ ਗਏ ਸਨ ਕਿ ਉਹਨਾਂ ਦੀ ਹਿੰਮਤ ਤੱਕ ਨਹੀਂ ਹੋਈ ਕਿ ਉਹ ਬਾਹਰ ਆ ਕੇ ਦੇਖ ਸਕਣ ਕਿ ਆਖਰ ਕਿਨਾ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਦੇ ਨਾਲ ਪੂਰਾ ਪਰਿਵਾਰ ਡਰ ਗਿਆ ਸੀ ਉਹ ਬਾਹਰ ਨਹੀਂ ਨਿਕਲੇ ਜਦ ਸਵੇਰੇ ਸਵੇਰ ਹੋਈ ਤਾਂ ਸਵੇਰ ਸਮੇਂ ਹੀ ਉਹਨਾਂ ਨੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ ਤੇ ਉਸ ਤੋਂ ਬਾਅਦ ਹੀ ਪਰਿਵਾਰ ਬਾਹਰ ਨਿਕਲਿਆ ਸੀ ਜਦੋਂ ਪਿੰਡ ਵਾਲੇ ਤੇ ਰਿਸ਼ਤੇਦਾਰ ਉਹਨਾਂ ਦੇ ਘਰ ਪਹੁੰਚੇ ਤੇ ਘਰ ਦਾ ਮਾਹੌਲ ਦੇਖ ਕੇ ਫਿਰ ਉਹ ਕਾਫੀ ਜ਼ਿਆਦਾ ਸਹਿਮ ਗਏ ਕਿ ਕਿਸ ਤਰ੍ਹਾਂ ਫਾਇਰਿੰਗ ਜਿਹੜੀ ਹੈ ਪੂਰੇ ਘਰ ਤੇ ਕੀਤੀ ਗਈ ਹੈ ਤੁਹਾਨੂੰ ਵੀ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਐਨ ਆਰ ਆਈ ਪਰਿਵਾਰ ਦੇ ਘਰਦਿਆਂ ਦਿਖਾ ਰਹੇ ਹਾਂ ਕਿ ਫਾਇਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕੰਧਾਂ ਦੇ ਵਿੱਚ ਕਿਸ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਬਣ ਗਏ ਨੇ ਤੇ ਇਸ ਤਰ੍ਹਾਂ ਦੇ ਮਾਹੌਲ ਨੂੰ ਦੇਖ ਕੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇਹ ਗੋਲੀਆਂ ਜਿਹੜੀਆਂ ਇਦਾਂ ਚੱਲਦੀਆਂ ਰਹੀਆਂ ਨੇ ਕਤਲੇਆਮ ਜਿਹੜੇ ਪੰਜਾਬ ਦੇ ਵਿੱਚ ਹੋ ਰਹੇ ਨੇ ਲੁੱਟਾ ਖੋਹਾਂ ਹੋ ਰਹੀਆਂ ਨੇ ਉਸ ਕਰਕੇ ਵੀ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਸਹਿਮ ਗਏ ਨੇ ਪਹਿਲਾਂ ਦੀ ਗੱਲ ਕੀਤੀ ਜਾਏ ਤਾਂ ਲੋਕ ਕਹਿੰਦੇ ਸੀ ਕਿ ਅਗਰ ਕਰੋ ਤੁਸੀਂ ਬਾਹਰ ਜਾਂਦੇ ਹੋ ਤਾਂ ਥੋੜੀ ਜੀ ਸੇਫਟੀ ਰੱਖੋ ਕਿ ਕੋਈ ਵੀ ਹਾਦਸਾ ਤੁਹਾਡੇ ਨਾਲ ਵਾਪਰ ਸਕਦਾ ਹੈ ਪਰ ਅੱਜ ਦੇ ਜੋ ਹਾਲਾਤ ਹੋ ਗਏ ਨੇ ਤਾਂ ਪਰਿਵਾਰਿਕ ਮੈਂਬਰ ਜਿਹੜੇ ਨੇ ਜਾਂ ਕੋਈ ਵੀ ਵਿਅਕਤੀ ਹੈ ਉਹ ਘਰ ਦੇ ਵਿੱਚ ਵੀ ਸੇਫ ਨਹੀਂ ਹੈ ਇਸ ਘਟਨਾ ਨੇ ਇਹ ਚੀਜ਼ ਸਾਬਤ ਕਰ ਦਿੱਤੀ ਹੈ ਕਿ ਘਰ ਦੇ ਵਿੱਚ ਬੈਠਾ ਵੀ ਅੱਜ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਹੈ ਇਹ ਵੱਡੀ ਮਤਲਬ ਕਹਿ ਸਕਦੇ ਹਾਂ ਕਿ ਇੱਕ ਵਾਰਦਾਤ ਹੈ ਜਿਕਨੋਣੀ ਹਰਕਤ ਹੈ ਕਿਸ ਘਰ ਤੇ ਕਿਸ ਤਰ੍ਹਾਂ ਗੋਲੀਆਂ ਚੱਲੀਆਂ ਨੇ ਤੇ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਵੀ ਹਰਕਤ ਦੇ ਵਿੱਚ ਆਉਣਾ ਪਵੇਗਾ ਕਿਉਂਕਿ ਲਗਾਤਾਰ ਇਹ ਹੱਥ ਸੇ ਜਿਹੜੇ ਨੇ ਇਹ ਨਿਤ ਦਿਨ ਵਧਦੇ ਜਾ ਰਹੇ ਨੇ ਤੇ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਜਿਹੜਾ ਹੈ ਅਮਨ ਸ਼ਾਂਤੀ ਵਾਲਾ ਇੱਕ ਸੂਬਾ ਹੈ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਵੱਲੋਂ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਉਹਨਾਂ ਵੱਲੋਂ ਕਈ ਮੁਹਿੰਮਾਂ ਵੀ ਵਿੱਡੀਆਂ ਗਈਆਂ ਨੇ ਅਜਿਹੇ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਪਰ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਕੋਈ ਨਾ ਕੋਈ ਘਾਟ ਜ਼ਰੂਰ ਹੈ ਜਿਸ ਕਰਕੇ ਅਜਿਹੇ ਲੋਕਾਂ ਦੇ ਹੌਸਲੇ ਜਿਹੜੇ ਨੇ ਐਨੇ ਜ਼ਿਆਦਾ بلند ਹੋ ਚੁੱਕੇ ਨੇ ਕਿ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਕਿਉਂਕਿ ਇਹਨਾਂ ਦੇ ਵਿੱਚ ਪੁਲਿਸ ਦਾ ਕੋਈ ਖੌਫ ਨਹੀਂ ਹੈ ਸਰਕਾਰ ਦਾ ਕੋਈ ਖੌਫ ਨਹੀਂ ਹੈ ਹਥਿਆਰਾਂ ਦੇ ਦਮ ਤੇ ਇਹ ਵਾਰਦਾਤਾ ਨਿਤ ਦਿਨ ਕਰ ਰਹੇ ਨੇ ਹੁਣ ਇਹ ਮਤਲਬ ਕਹਿ ਸਕਦੇ ਇੱਕ ਪਰੇਸ਼ਾਨੀ ਦਾ ਕਾਰਨ ਵੀ ਬਣ ਚੁੱਕੇ ਹੈ ਵੱਡਾ ਸਵਾਲ ਵੀ ਇੱਥੇ ਖੜਾ ਹੋ ਰਿਹਾ ਹੈ ਕਿ ਅਜੇ ਇਹੀਆਂ ਵਾਰਦਾਤਾ ਨੂੰ ਕਿਸ ਤਰ੍ਹਾਂ ਰੋਕਿਆ ਜਾਵੇਗਾ ਤੇ ਹੁਣ ਤੁਹਾਨੂੰ ਪਰਿਵਾਰਕ ਮੈਂਬਰਾਂ ਦੇ ਬਿਆਨ ਸੁਣਾਉਂਦੇ ਆ ਕਿ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਕਿ ਇਸ ਤਰ੍ਹਾਂ ਉਹ ਸਹਿਮ ਗਏ ਸਨ ਜਦੋਂ ਉਹਨਾਂ ਦੇ ਘਰ ਤੇ ਫਾਇਰਿੰਗ ਕਰ ਦਿੱਤੀ ਗਈ ਤੇ ਉੱਥੇ ਹੀ ਪੁਲਿਸ ਦਾ ਬਿਆਨ ਵੀ ਸੁਣਾਉਂਦੇ ਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੂੰ ਪੁਲਿਸ ਪਕੜਨ ਦੇ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ ਇਹ ਵੀ ਤੁਹਾਨੂੰ ਸੁਣਾਉਂਦੇ ਆ ਰਾਤ ਨੂੰ 11:30 ਵਜੇ ਕੋਈ ਤਰ੍ਹਾਂ ਗੋਲੀ ਚਲਾ ਕੇ ਗਿਆ ਪਰ ਸਾਨੂੰ ਨਹੀਂ ਪਤਾ ਸਈਆਂ ਕਿ ਸਾਡੀ ਮੱਝ ਖੁੱਲੀ ਹੈ ਸ਼ੀਸ਼ਾ ਟੁੱਟ ਗਿਆ ਵਾ ਸਵੇਰੇ ਹਾਨੂੰ 7:30 ਵਜੇ ਪਤਾ ਲੱਗਾ ਵਾ ਤੇ ਅਹੀਂ ਆਖਿਆ ਪਤਾ ਨਹੀਂ ਗੋਲੀ ਕੌਣ ਚਲਾ ਗਿਆ ਪਤਾ ਨਹੀਂ ਹਨੂ ਫਿਰ ਇਂਡੇਰਿਆਂ ਵਾਲਿਆਂ ਨੂੰ ਸਾਰਿਆਂ ਨੂੰ ਫੋਨ ਕੀਤਾ ਵਾ ਫਿਰ ਇਹਨਾਂ ਨੇ ਪੁਲਿਸ ਨੂੰ ਕੀਤਾ ਵਾ ਹਨ ਕੇ ਵੇਖਿਆ ਤੇ ਫਿਰ ਆਹ ਮਰੋਂ ਦਰਾਂਦ ਬਹੁਤ 16 17 ਚੁੱਗੇ ਇਹਨਾਂ ਨੇ ਤੇ ਫਿਰ ਸਵੇਰੇ ਸਾਡੇ بیٹے ਨੇ ਦੱਸਿਆ ਵੀ 10 ਵਜੇ ਮੈਨੂੰ ਫੋਨ ਆਇਆ ਹੈਗਾ ਉਹਨਾਂ ਧਮਕੀ ਦਿੱਤੀ ਗਈ ਆ ਕਿ 4 ਸਾਲ ਪਹਿਲਾਂ ਤੂੰ ਪੇਪਰ ਭਰਾਇਆ ਈਟਲੀ ਤੇ ਤੇ ਉਹਦੇ ਪੇਪਰ ਨਹੀਂ ਤੂੰ ਕਢਾਇਆ ਪਾਏ ਜਾਂ ਦੇ ਖੱਜਲ ਖਰਾਬ ਹੋਏ ਸਾਡੇ ਪਿਓ ਦੀ ਵੀ ਡੈਥ ਹੋ ਗਈ ਤੇ ਇਹ ਗੱਲ ਕੋਈ ਹੈ ਹੀ ਨਹੀਂਗੀ ਪੇਪਰ ਹੀ ਨਹੀਂ ਕਿਹਾ ਤੇ ਭਰਾਏ 4 ਸਾਲ ਹੋ ਗਏ ਸਿਰਫ ਇਰਕਾਂ ਦੇ ਸਾਲ ਚ ਭਰਾਏ ਉਹ ਵੀ ਸਾਡਾ ਆਪਣਾ ਗਵਾਂਢੀ ਮੁੰਡਾ ਗਿਆ ਹੋਰ ਅਸੀਂ ਕਿਸੇ ਵੀ ਅਜੇ ਤੱਕ ਕੋਈ ਐੋ ਜੀ ਗੱਲ ਹੀ ਨਹੀਂ ਗਈ ਹੈਗੀ ਤੇ ਕਿਸ ਤਰ੍ਹਾਂ ਦੀ ਸਾਨੂੰ ਨਹੀਂ ਜੇ ਇਹ ਗੱਲ ਦਾ ਪਤਾ ਸਾਨੂੰ ਕਿਹਾ ਸਾਡੇ ਨਾਲ ਕਿਸ ਦਾ ਹੈ ਹੀ ਨਹੀਂ ਕੋਈ ਵੈਰ ਨਹੀਂ ਵਿਰੋਧ ਨਹੀਂ ਕੋਈ ਗੱਲ ਨਹੀਂ ਲੜਾਈ ਨਹੀਂ ਝਗੜਾ ਨਹੀਂ ਸਾਡਾ ਕਿਸ ਨਾਲ ਵੀ ਹੈਗਾ ਪੁਲਿਸ ਕੀ ਅਸ਼ਵਾਸ਼ਣ ਦੇ ਕੇ ਗਈ ਪੁੱਲ ਸੋਣ ਇੱਥੇ ਹੁਣ ਪੁਛ ਪਛ ਕੇ ਗਏ ਲੇਖ ਲਾ ਕੇ ਲੈ ਗਏ ਕੁਛ ਨਹੀਂ ਉਹ ਕਹਿ ਕੇ ਵੀ ਰਹੀ ਗਿਆ ਸਾਰਾ ਮੌਕਾ ਵੇਖ ਕੇ ਗਏ ਤੁਹਾਨੂੰ ਤਾਂ ਕੋਈ ਪਤਾ ਨਹੀਂ ਕਿ ਗੋਲੀ ਸਾਨੂੰ ਕੋਈ ਪਤਾ ਨਹੀਂ ਅਸੀਂ ਬਾਹਰ ਨਹੀਂ ਨਿਕਲੇ ਦੇਖੋ ਤਿੰਨ ਗੋਲੀਆਂ ਇੱਥੇ ਵੱਜੀਆਂ ਜੀ ਤੇ ਫਿਰ ਵੱਜ ਵੀ ਸਕਦੀ ਜੇ ਬਾਹਰ ਐਨੂੰ ਵੇਲੀ ਵਾਲ ਨੂੰ ਜਾਂਦੇ ਤੇ ਪਰ ਇਹ ਬਾਹਰ ਨਹੀਂ ਨਿਕਲੇ ਅਸੀਂ ਨੌ ਸਾਸਾ ਤੇ ਉਹ ਨੌ ਸਾਡੀ ਬਹੁਤ ਜ਼ਿਆਦਾ ਡਰ ਗਈ ਤੇ ਮੈਨੂੰ ਨਹੀਂ ਪਤਾ ਉਧਰ ਕਿ ਤ ਸੁਗੇ ਵਾਲ ਮੁਕਾਬਲਾ ਹੋਇਆ ਤੇ ਆਵਾਜ਼ ਵੀ ਬਹੁਤ ਜ਼ਿਆਦਾ ਸੀ ਨਾ ਤੇ ਨਿਆਣੇ ਸਾਡੇ ਦੋਵੇਂ ਬੇਟੇ ਬਾਹਰ ਜੀ ਅੱਛਾ ਹਾਂਜੀ ਸਾਨੂੰ ਨਹੀਂ ਕਿਹ ਗੱਲ ਦਾ ਪਤਾ ਸਾਨੂੰ ਸਵੇਰੇ ਪਤਾ ਲੱਗਾ ਸਵੇਰੇ ਹੀ ਅਹੀਂ ਰਿਸ਼ਤੇਦਾਰ ਇਕੱਠੇ ਗਏ ਬੇਟੇ ਬੇਟੇ ਨਾਲ ਗੱਲ ਹੋਈ ਆ ਜਿਹਨੂੰ ਜਿਹੜੀ ਧਮਕੀ ਆਈ ਆ ਹਾਂਜੀ ਬੇਟੇ ਵੱਡੇ ਨਾਲ ਹੋਈ ਏ ਜੋਤ ਦੇ ਨਾਲ ਕੀ ਹੋਇਆ ਉਹ ਉਹ ਕੀ ਕਹਿ ਰਿਹਾ ਜੀ ਉਹਨੂੰ ਆਂਦਾ ਵੀ ਮੈਨੂੰ ਮੰਮਾ 10 ਵਜੇ ਫੋਨ ਆਇਆ ਵਾ ਤੇ ਮੈਨੂੰ ਇਤਰਾ ਧਮਕੀ ਦੇਣ ਦੇ ਵੀ ਤੂੰ ਹੁਣ ਤੇਰੀ ਹੋਂਦੀ ਤਿਆਰੀ ਆ ਸਾਨੂੰ ਅਹੀਂ ਕਿਸੇ ਨੂੰ ਦੱਸਿਆ ਵੀ ਨਹੀਂ ਵੀ ਕਿੰਨੀ ਤਰੀਕ ਨੂੰ ਆਉਣਾ ਵਾ ਉਹਨਾ ਕਿ ਆਉਣ ਦੀ ਤਿਆਰੀ ਆ ਤੇ ਜਦੋਂ 에ਰਪੋਰਟ ਤੇ ਤੈਨੂੰ ਨਹੀਂ ਨੰਗਣ ਦੇਣਾ ਗਾ ਬਸ ਇਹੋ ਗੱਲਾਂ ਦਾ ਹੋਈ ਹੋਰ ਗੱਲ ਕੋਈ ਨਹੀਂ ਤੁਸੀਂ 10 ਦੇ ਕਰੀਬ ਸਾਡੇ ਦੋਵੇਂ ਬੱਚੇ ਬਾਹਰ ਆ। ਉਹਨਾਂ ਨੂੰ ਧਮਕੀ ਦਿੱਤੀ ਗਈ ਆ ਤੇ ਬਾਅਦ ਦੇ ਵਿੱਚ 11 ਵਜੇ ਆਣ ਕੇ ਸਾਡੇ ਗੇਟ ਦੇ ਵਿੱਚ ਗੋਲੀਆਂ ਮਾਰੀਆਂ ਉਹਨਾਂ। ਤੇ ਗੋਲੀਆਂ ਮਾਰ ਕੇ ਅਸੀਂ ਅੰਦਰੋਂ ਬਾਹਰ ਨਹੀਂ ਨਿਕਲੇ। ਘਰ ਕੋਣ-ਕੋਣ ਸੀ ਉਸ ਤੋਂ? ਘਰ ਅਸੀਂ ਸਿਰਫ ਦੋਵੇਂ ਜੀ ਹਾਂ ਤੇ ਦੋ ਨਵਾਂ ਹਾਂ। ਤੇ ਸਾਨੂੰ ਬਹੁਤ ਖਤਰਾ ਆਜੀ ਹੈ ਗੱਲ ਤੋਂ। ਕਿੰਨੀਆਂ ਗੋਲੀਆਂ ਚੱਲੀਆਂ ਲੱਗੀਆਂ? 16 ਗੋਲੀਆਂ। ਉਸ ਪ੍ਰਸ਼ਾਸਨ ਆਇਆ? ਹਾਂਜੀ। ਉਹ ਹੀ ਅਜੇ ਕਾਰਵਾਈ ਕਰਦੇ ਫਿਰਦੇ ਆ ਜੀ। ਕੋਲੇ ਵੈਰੀਫਾਈ ਕਰਦੇ ਆ ਰਾਤ 3:00 ਜਾਂ 7:00 ਵਜੇ ਉਸ ਹਪਾਲ ਸਿੰਘ ਦੇ ਘਰ ਕੋਈ ਨਾਮ ਨੂੰ ਬੰਦੇ ਆ ਕੇ ਨਾ ਕਰ ਦਿੱਤੀ ਆ। ਤੇ ਆਪਣਾ ਕਾਮਰੇ ਚੈੱਕ ਲੱਗੇ ਲੱਗੇ ਚੈੱਕ ਕਰਕੇ ਜੋ ਮਾਦੀ ਕਰਾਂਗੇ। ਬਾਤਾਂ ਦਾਲੇ ਸਾਰੀ ਕਰ। ਜੀ ਕੋਈ ਧਮਕੀ ਦਾ ਚੱਕਰ ਇਹ ਦੱਸ ਰਿਹਾ ਜੀ। ਤੋ ਕਿ ਉਹ ਬਾਹਰ ਆਂਦਾ ਮੁੰਡਾ ਆਂਦਾ ਵੀ ਮੈਨੂੰ ਬਾਹਰ ਉੱਥੇ 9:30 ਵਜੇ ਅਮਨਜੋਦ ਨੂੰ ਤੇ ਟੈਲੀਫੋਨ ਦਿੱਤਾ ਵੀ ਤੁਹਾਨੂੰ ਵੇਖਣਾ ਤੈਨੂੰ। ਇੰਡੀਆ ਆਏਗਾ ਤੇ ਬਾਤ ਇਹ ਨਹੀਂ ਗੱਲ ਹੋਈ ਉਹਦੇ ਨਾਲ। ਅਰੇ ਪੂਰਾ ਕਲੀਅਰ ਕਰ ਲਿਆ ਵੈਰੀਫਾਈ ਕਰ ਲਿਆ ਵੈਰੀਫਾਈ ਕਰਕੇ ਦੰਦਾ ਦੇ ਸਾਰਾ